ਆਹ ਜਿਹੜਾ ਤੁਸੀਂ ਮੁੰਡਾ ਸਕਰੀਨ 'ਤੇ ਦੇਖਦੇ ਹੋ ਜੀ, ਇਹਦੇ ਬਾਰੇ ਦੱਸਣ ਦੀ ਕੋਈ ਬਾਹਲੀ ਲੋੜ ਨਹੀਂ ਹੈਗੀ। ਇਹ ਪਤੰਦਰ 365 ਦਿਨਾਂ ਦੇ ਵਿੱਚੋਂ 327 ਦਿਨ ਕਮੇਟੀਆਂ ਵਿੱਚ ਖੇਡ ਚੁੱਕਿਆ। ਅਤੇ ਇੱਧਰ ਹਰਮਨ ਧੋਰੀ ਅਤੇ ਰਵੀ ਨੂਰਪੁਰ ਵੱਡੀ ਸਪ੍ਰਿੰਟ ਬਾਰੇ ਗੱਲਾਂ ਚੱਲਦੀਆਂ ਪਈਆਂ ਸੀਗੀਆਂ, ਕੰਪਟੀਸ਼ਨ ਹੋਣੇ ਦੋਨਾਂ ਆਪਸ ਵਿੱਚ। ਪਰ ਕੁਝ ਗਾਣਾ ਸੁਣਾ ਦੇਖੋ, ਕਰੀ ਮਿੱਤੋਂ ਬਾਅਦ ਕਰੀ, ਉਹ ਲੋਕਾਂ ਦੀ ਡਿਮਾਂਡ ਆ, ਸੁਣ ਤਾਂ ਲੈ। ਲੋਕਾਂ ਦੀ ਡਿਮਾਂਡ ਆ, ਲੋਕਾਂ ਦੀ ਡਿਮਾਂਡ ਆ ਕਿ ਭਾਰਤਵਾਦੀ ਸ਼ਾਨ ਭਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਤੁਹਾਡਾ ਕਲੱਬ ਖੇਡਦਾ ਪਿਆ ਅੱਜ, ਬੱਲੇ ਬੱਲੇ ਹੋਊਗੀ, ਪੰਜਾਬ ਦੀ ਪੂਰੀ ਕਰੀਮ ਖਰੀਦ ਲਈ ਸਾਰੀ ਹੈ। ਹਾਂ ਸਾਰੇ ਸਾਰੇ ਯਾਰ, ਪੂਰੇ ਪੰਜਾਬ ਦੇ ਟੱਪਰ ਖਿਡਾਰੀ ਇਹਦੇ ਕਲੱਬ 'ਚ ਵਾਲ ਨੇ ਸਾਰੇ। ਅਤੇ ਸਭ ਦੋ ਗਰਾਊਂਡ ਬਾਰੇ ਕੀ ਕਹਿਣਾ ਚਾਹੋਗੇ? ਮਤਲਬ ਇੱਦਾਂ ਦੀ ਫੀਲਿੰਗ ਕਰੀਏ ਜਿਵੇਂ ਅਸੀਂ ਵਧੀਆ ਇੰਟਰਨੈਸ਼ਨਲ ਲੈਵਲ ਗਰਾਊਂਡ ਖੇਡ ਦਿੰਦੇ ਹਾਂ। ਹਾਂ ਹਾਂ ਹਾਂ, ਅਤੇ ਅੱਜ ਫਿਰ ਬੱਲੇ ਬੱਲੇ ਹੋਊ ਪੂਰੀ ਸ਼ਾਮ ਤੱਕ, ਧੂਮ ਧੜਾਕਾ, ਅਸੀਂ ਬੈਸਟ ਵੇਖਦਾ ਤੁਹਾਡਾ ਕਲੱਬ ਜਿੱਤੇ ਤੁਹਾਡਾ। ਥੈਂਕ ਯੂ। ਆ ਸਾਡੇ ਇਸ਼ਾਨ ਭਾਰਦਵਾਜ ਦੇ ਸਾਥੀ ਮੰਡਲ ਦੋਸਤ ਮਿੱਤਰ ਆਏ ਕਿ ਦੋ ਚਾਰ ਹੋਣ, ਪਰ ਹੋਣ ਚੱਜ ਦੇ, ਗਿਣਤੀ ਵਧਾ ਕੇ ਕਿਹੜਾ ਵੋਟ ਜੋੜਨੀ, ਹੈ ਨਾ? ਇਹ ਭਰਾ ਸਾਡੇ ਇਸ਼ਾਨ ਭਾਰਦਵਾਜ ਦਾ ਕਲੱਬ ਆ, ਬੱਲੇ ਬੱਲੇ ਕਰਾਊ ਅੱਜ, ਕੀ ਕਹਿਣਾ ਚਾਹੋਗੇ? ਪੰਜਾਬ ਦੀ ਕਰੀਮ ਪੂਰੀ ਪੁੱਜੀ ਹੋਈ ਆ, ਛੱਕੇ ਜਾ ਕੇ ਲੱਗਣਗੇ ਪੂਰੇ। ਹਾਏ ਹਾਏ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਵੀਰੂ ਗੁੜੇ ਇੱਕ ਵਾਰ ਫਿਰ ਅੱਜ ਤੋਂ ਨਵਾਂ ਇੱਕ ਇੰਟਰਸਟਿੰਗ ਬਲੌਗ ਸੁਣਾਉਂਗੇ। ਇਹ ਮੁੰਡਾ ਧੰਨਾ ਲੁਧਿਆਣੇ ਵਾਲਾ, ਜਿਹੜਾ ਕਿ ਆਪਾਂ ਪੈਟਰੋਲ ਪੰਪ 'ਤੇ ਰੁਕੇ ਹਾਂ ਅਤੇ CNG ਪਵਾਉਣੀ ਸੀ। ਉੱਧਰ ਦੇਖੋ ਜੀ, ਹਰਮਨ ਧੋਰੀ ਕਲਾਰਤੀ ਦਿੱਤੀਆਂ ਬਾਹਾਂ, HD ਪੱਖਾ ਕਹਿੰਦੇ ਮੇਰੇ ਮਤਲਬ ਕਾਸਕੋ ਕ੍ਰਿਕਟ ਦਾ। ਹੁਣ ਪਹੁੰਚ ਗਏ ਸੀ ਨਵਾਂ ਸ਼ਹਿਰ ਅੰਮ੍ਰਿਤਸਰੀ ਹੋਟਲ ਦੇ ਵਿੱਚ ਪਹੁੰਚਿਆ ਅਤੇ ਕਹਿੰਦੇ ਭੁੱਖ ਲੱਗੀ ਹੋਈ ਆ। ਅਤੇ ਧੰਨਾ ਲੁਧਿਆਣਾ ਜੀ, ਨਾਲ ਸਾਡੇ ਡਰਾਉਣ ਵਾਲਾ ਭਾਈ ਅਤੇ ਨਾਲ ਲੈਮਨ ਰੂਪਾ ਹੇੜੀ। ਅਤੇ ਆਹ ਨੂੰ ਤੁਸੀਂ ਜਾਣਦੇ ਹੀ ਹੋ, ਪੱਖਾ ਕਾਸਕੋ ਕ੍ਰਿਕਟ ਦਾ HD ਔਰ ਦਰਾਗੀਆਂ ਪੂਰੀਆਂ ਸ਼ੋਰ ਸਾਹਮਣੇ ਟੀਮ ਹੈ ਚੰਡੀਗੜ੍ਹੀਆਂ, ਸਾਹਮਣੇ ਕਿਹੜੇ ਕਮਾਲ ਕਿਹੜੇ ਕਿਹੜੇ ਖਿਡਾਰੀ ਕਰ ਰਹੇ ਆ, ਗੋੜਿਆਂ ਵਾਲੇ ਕਿਹੜੇ ਵੀਰੂ ਦਾ ਧਾਰਨਾ ਹੈ, ਅੱਜ ਕਿਹੜੀਆਂ ਕੱਲੇ ਕੱਲੇ ਖਿਡਾਰੀ ਦੇ ਬਲੌਕ ਬਣਾਏ ਜਾਣਗੇ। ਪਰ ਰੋਪੜ ਵਾਲਾ ਮੇਰੀ ਸਲੀਮ ਮਾਨੂ ਆ ਗਿਆ ਸੀ, ਮਾਨੂ ਆ ਗਈ, ਰੋਪੜ ਦੀ ਧਰਤੀ ਆ ਮੇਰੀ ਵੀਰੀ, ਹੁਣ ਬਸ ਸੋਟ ਮਾਰਦਾ, ਕਹਿੰਦੇ ਕਈ ਕੀ ਕਹਿਣੀ ਆ ਗੋੜੀਆਂ, ਨਹੀਂ ਰੋਪੜ ਵਾਲਾ ਫੜ ਲਾ ਤਾਰੀ ਸਲੀਮ ਦਾ ਪ੍ਰਬੰਧ ਕੀਤਾ ਭਰਾਵਾਂ ਨੇ, ਨਾ ਯਾਰ ਤਿਆਰ ਪਰ ਤਿਆਰ ਖੇਡਦੇ ਆ, ਮਨ ਦਿਲ ਤਾਂ ਗੜਕੜਾ ਬਾਲ ਪਾਉਣ ਲੱਗਿਆ ਤੇ ਫੀਲਿੰਗ ਪੂਰੀ ਗਰਾਊਂਡ ਦੀ, ਏਦਾਂ ਲੱਗਦਾ ਜਿਵੇਂ ਧਰਮ ਸਾਹਿਬ ਖੇਡਦੇ ਹੁੰਦੇ ਨਾ। ਤੇ ਦੋ ਸ਼ਬਦ ਟੂਰਨਾਮੈਂਟ ਬਾਰੇ ਕੀ ਕਹਾਂਗਾ, ਕੀ ਚੰਗਾ ਲੱਗੇ? ਜੇ ਜਾਣਦੇ ਹੋ ਦਰਸ਼ਕ ਜ਼ਰੂਰ ਪੈਂਦਾ ਕਿਹੜਾ ਵਾ ਮਾਹੌਲ ਗਰਾਊਂਡ ਦੇ, ਦਰਸ਼ਕ ਵੀ ਸਾਡੇ ਭਰਾ ਦੇਖ ਸਕਦੇ, ਛੋਟੇ ਛੋਟੇ ਵੱਡੇ ਸਟਾਰ ਜਿਹੜੇ ਖੇਡਦੇ ਦਿਖਾਈ ਦੇ ਰਹੇ ਗਰੁੱਪ ਦੇ ਵਿੱਚ, ਦੇਖ ਸਕਦੇ ਹੋ ਜੀ ਵੱਡੇ ਵੱਡੇ ਕਹਿੰਦੇ ਪਲੇਅਰ। ਕਿੰਨੇ ਕਿਲੋਮੀਟਰ ਪਿਆ ਗਿਆ ਇੱਥੋਂ ਕਦੋਂ ਤੁਰਿਆ ਸੀਗਾ? ਰਾਧਿਆ ਸੀਗੇ, ਕਿੰਨਾ ਟਾਰਗੇਟ ਬਣਿਆ? ਵਿਕਟ ਬਾਰੇ ਕੀ ਕਹਿੰਦੇ? ਵਿਕਟ ਬਾਰੇ ਪੂਰੀ ਵਧੀਆ, ਬੱਲੇਬਾਜ਼ੀ ਲਈ ਠੀਕ ਹੈ, ਔਰ ਟ੍ਰੇਡ ਉਹਨੇ ਬਣੇ ਆ 7 ਓਵਰਾਂ ਦੇ ਵਿੱਚ ਨਾ। ਵੱਡਾ ਧੰਨਵਾਦ ਨਾਲ ਸਾਡਾ ਬਾਅਦ ਸੁਨੀਲ ਭਰਾ ਸਾਡਾ, ਸੁਨੀਲ ਕੀ ਹਾਲ ਚਾਲ ਆ? ਬੜਾ ਪਿਆਰਾ ਵੀਰਾ ਤੇਰੇ ਗਿਆ, ਜਦੋਂ ਲੱਗਦਾ ਪੂਰਾ ਸੋਹਣਾ ਲੱਗਦਾ ਉਹਨਾਂ ਟੂਰਨਾਮੈਂਟ ਮੈਂ ਦੋ ਸ਼ਬਦ ਬਹੁਤ ਵਧੀਆ ਟੂਰਨਾਮੈਂਟ ਬਹੁਤ ਵਧੀਆ ਗਰਾਊਂਡ ਹੈ, ਓਕੇ ਓਕੇ ਗਰਾਊਂਡ ਕਿਤਨਾ ਧੋਣਾ ਚਾਹੀਏ ਜਾਂ ਮੈਂ ਥੋੜਾ ਜ਼ਿਆਦਾ ਛੋਟਾ ਕਰ ਦਈਏ ਗਰਾਊਂਡ।
ਕਿੰਨੇ ਕਿਲੋਮੀਟਰ ਪੈ ਗਿਆ ਆਉਣ ਜਾਣ? ਵਿਕਟ ਬਾਰੇ ਕੀ ਕਹਿੰਦੇ? ਵਿਕਟ ਬਾਰੇ ਇੱਕ ਨੰਬਰ ਆ, ਤੁਹਾਨੂੰ ਤਾਂ ਪਸੰਦ ਹੋਣੀ ਚਾਹੀਦਾ ਬਾਲਰ ਨੂੰ ਤੁਸੀਂ ਹਾਰੇ ਪੰਜਾਬ ਵਿੱਚ ਕਹਿਰ ਫਰਾਉਣਾ, ਪੰਜਾਬ ਵਿੱਚ ਐਨ ਕਹਿਰ ਵਰਤਾਇਆ ਪਿਆ ਮੁੰਡੇ ਨੇ ਪ੍ਰਵੀਨ ਰੈਥਲ। ਦੁਨੀਆ ਕਹਿੰਦੇ ਬਾਲਿੰਗ ਦੇ ਵਿੱਚ ਪੂਰੇ ਬੱਲੇਬਾਜ਼ ਆਉਂਦੇ ਨੇਗੇ, ਪ੍ਰਵੀਨ ਵਿਕਟ ਤੇਰੇ ਵਾਲੀ ਆ, ਕੀ ਕਹਿੰਦੇਗਾ? ਹਾਂ ਵਿਕਟ ਤਾਂ ਆਉਂਦਾ ਜੀ, ਵਿਕਟ ਚਾਹੀਦੀ ਹੈ ਨਾ, ਤੇ ਤੁਸੀਂ ਤਾਂ ਪੱਕੀਆਂ ਵਿਕਟਾਂ ਦੀ ਬਾਲ ਲੱਗਣ ਦਿੰਦੇ, ਇੱਧਰ ਕੀ ਲੱਗਣ ਦਿੱਤੀ ਹੋਣੀ ਗੇਂਦ ਉਹਦਾ? ਇੱਕ ਰਨ ਤੇ ਬੋਲਿਆ ਦੋ ਦੇ ਆਇਆ, ਮੈਨੂੰ ਪਤਾ ਹੀ ਨਹੀਂ ਲੱਗਣਾ, ਨਾਲੇ ਮੈਂ ਦੇਖਿਆ ਨੀ ਉਹ ਤੇਰਾ, ਤਾਂ ਵੀ ਦੱਸਦੇ ਇੱਕ ਦੋ ਰਨ ਦੇ ਬੋਲ ਲੱਗਿਆ ਹੋਣਾ ਪੱਕਾ ਟੂਰਨਾਮੈਂਟ ਦੇ ਦੋ ਸ਼ਬਦ। ਗੋਬਿੰਦਾ ਕਹਿੰਦੀ ਦੁਨੀਆ ਗੋਬਿੰਦ ਕੀ ਹਾਲ ਆ, ਵਿਕਟ ਬਾਰੇ ਕੀ ਕਹਿਣਾ ਚਾਹੇਗਾ? ਵਿਕਟ ਬਾਰੇ ਕਲੱਬਾਂ ਨੇ ਮੈਚ ਹੋਣ ਤਾਂ ਇੱਦਾਂ ਦੀ ਵਿਕਟ ਚਾਹੀਦੀਆਂ ਨਾ, ਅੱਗੋ ਵੀ ਦੋਨਾਂ ਨੂੰ ਐਫਰਟ ਮਿਲੇ, ਗਰਾਊਂਡ ਦੀ ਫੀਲਿੰਗ ਆ ਰਹੀ ਹੈ ਧਰਮਸਰ ਵਾਲੀ, ਤੁਸੀਂ ਦੇਖ ਸਕਦੇ ਹੋ ਜੀ ਲੰਗਰ ਦਾ ਪ੍ਰਬੰਧ ਕਰ ਰਹੇ ਨੇ ਭਰਾ ਸਾਡੇ, ਇੱਕ ਬਹੁਤ ਵੱਡੀ ਸੇਵਾ ਦਾ ਕੰਮ ਹੁੰਦਾ ਜਿਹੜਾ ਲੰਗਰ ਦਾ ਪ੍ਰਬੰਧ ਲੋਕਾਂ ਵਾਸਤੇ ਤਿਆਰ ਕਰਨਾ ਹੁੰਦਾ। ਭਰਾ ਕਿੰਨੇ ਕਿੰਨੇ ਵਜੇ ਆ ਕੇ ਸ਼ੁਰੂ ਕਰਤਾ ਜੀ ਕੰਮ ਲੰਗਰ ਦਾ ਜੀ? 6 ਵਜੇ ਆ ਕੇ ਸ਼ੁਰੂ ਕਰਤਾ ਜੀ, ਕਿਉਂਕਿ ਕਾਫੀ ਜਿਹੜੇ ਕਿ ਘੱਟੋ ਘੱਟ 100-200 ਦਾ ਬੰਦੇ ਦਾ ਘੱਟ ਆਊਗਾ, 500 ਬੰਦੇ ਦਾ ਹੈ ਨਾ, ਕੋਈ 100-200 ਦਾ ਟੀਮਾਂ ਹੀ ਆ ਜਾਣੀ ਆ, ਪਲੇਅਰ ਹੀ ਆ ਜਾਣੇ ਆ ਨਾ, ਬਾਕੀ ਜਿਹੜਾ ਆਡੀਅੰਸ ਦਰਸ਼ਕਾਂ ਨੇ ਆਉਣਾ ਉਹਨਾਂ ਦੇ ਵਾਸਤੇ ਵੀ ਬਹੁਤ ਵੱਡੀ, ਤੁਸੀਂ ਮਿਹਨਤ ਦਾ ਕੰਮ ਕਰਦੇ ਪਏ, ਕੋਈ ਪੁੰਨ ਦਾ ਕੰਮ ਆ, ਕਿਉਂਕਿ ਲੰਗਰ ਅਤੇ ਪਾਣੀ ਦੀ ਸੇਵਾ ਬਹੁਤ ਵੱਡੀ ਸੇਵਾ। ਆਪਣਾ ਸ਼ੁਭ ਨਾਮ ਕੀ ਸੀ? ਆਪਣਾ ਹੈਪੀ, ਵਾਰਡ ਨੰਬਰ 6। ਟੂਰਨਾਮੈਂਟ ਬਾਰੇ ਦੋ ਸ਼ਬਦ ਕੀ ਕਹਿਣਾ ਚਾਹੋਗੇ? ਬੜਾ ਅੱਛਾ ਟੂਰਨਾਮੈਂਟ ਹੈ ਅਤੇ ਵਿਕਟ ਬਾਰੇ ਸਭ ਤੋਂ ਵੱਡੀ ਗੱਲ, ਵਿਕਟ ਬੜੀ ਅੱਛੀ ਹੈ, ਗਰਾਊਂਡ ਬੜਾ ਅੱਛਾ ਹੈ, ਟੂਰਨਾਮੈਂਟ ਹੋ ਰਿਹਾ, ਟੈਨਿਸ ਟੂਰਨਾਮੈਂਟ ਹੋ ਰਿਹਾ, ਮੇਲੇ ਬਾਰੇ ਦੋ ਸ਼ਬਦ, ਪਹਿਲਾਂ ਗਰਾਊਂਡ ਮੈਂ ਦੱਸ ਗਏ, ਵਿਕਟ ਮੈਂ ਦੱਸ, ਵਿਕਟ ਬਾਰੇ ਕਿ ਸੱਕੇ ਵੱਜਣਗੇ ਵਿਕਟਾਂ ਡਿੱਗਣਗੀਆਂ ਸੀ? ਠੀਕ ਹੈ ਠੀਕ ਹੈ। ਇੱਧਰ ਕਹਿੰਦੇ ਕਾਸਕੋ ਕ੍ਰਿਕਟ ਦਾ ਕਹਿੰਦੇ ਪੱਖਾ ਦੇ ਨਾਮ ਨਾਲ ਮਸ਼ਹੂਰ ਆ ਮੁੰਡਾ ਹਰਮਨ ਧੋਰੀ, ਉੱਚਾ ਲੰਮਾ ਗੱਭਰੂ ਨੀ ਜਿਹਦੀ ਉੱਚੀ ਲੰਮੀ ਹੇਕ, ਖੜ ਜਾ ਨਹੀਂ ਮਾਈ ਬੇਰੀਏ ਨੂੰ ਮੈਨੂੰ ਮੁੰਡਾ ਲੈਣ ਦੇ ਵੇਖ, ਹਰਮਨ ਧੋਰੀ ਐਨ। ਗਰਾਊਂਡ ਬਾਰੇ ਕੀ ਕਹਿਣਾ ਚਾਹੋਗੇ? ਪੂਰੀ ਵਧੀਆ ਵਿਕਟ ਆ ਯਾਰ, ਫਲੈਟ ਆ, ਦੇਖੋ ਗਰਾਊਂਡ ਦਾ ਕਿੰਨਾ ਪਿਆਰਾ ਯਾਰ, ਕਿੰਨਾ ਪਿਆਰਾ ਵਿਊ ਆ ਦੇਖੋ ਗਰਾਊਂਡ ਦਾ ਯਾਰ, ਹੋਰ ਟਰੈਕਟਰ ਆ ਜੇਤੂ ਦੇ ਨਾਲ ਕਹਿੰਦੇ ਬੋਂਗੋ ਜੀਵਨਪੁਰੀ ਆ ਨਾਲ, ਸਾਡਾ ਪਿਆਰ ਆ ਜ਼ਿੰਦਗੀ ਦਾ ਵੀਰ, ਕਾਸਕੋ ਕ੍ਰਿਕਟ ਦਾ ਵੱਡਾ ਖਿਡਾਰੀ ਹਰਮਨ ਦੇ ਨਾਲ ਨਾਲ ਪਿਆਰ ਸਾਡਾ, ਮੇਰੇ ਪੂਰੇ ਦੁਨੀਆ ਹਰਮਨ ਪਿਆਰਾ ਖਿਡਾਰੀ ਸਾਡਾ, ਹੋਰ ਟਰੈਕਟਰ ਆ ਜੇਤੂ ਸੁੱਖੀ ਕਮਾਮ ਅਤੇ ਨਾਲ ਸਾਡਾ ਪਿਆਰਾ ਵੀਰ ਬੋਂਗੋ ਜੀਵਨਪੁਰੀ ਆ। ਦੋ ਸ਼ਬਦ ਗਰਾਊਂਡ ਮੈਂ, ਪਹਿਲਾਂ ਗਰਾਊਂਡ ਮੈਂ ਦੱਸੋ, ਦੋ ਸ਼ਬਦ ਗਰਾਊਂਡ ਬਾਰੇ, ਦੋ ਸ਼ਬਦ ਭੁੱਖ ਲੈਂਦੀ ਆ ਦੇਖ ਕੇ, ਮੇਰਾ ਆਪ ਖੇਡਣ ਨੂੰ ਜੀ ਕਰਿਆ ਦਾ, ਮੈਂ ਇਹਦੇ ਮਰਨਾ ਇਹਦੇ ਮੁਰੇ ਆ ਕੇ। ਅੱਛਾ ਅੱਛਾ ਅੱਛਾ, ਕਿਆ ਬਾਤ ਹੈ ਯਾਰ, ਵਿਕਟ ਬਾਰੇ ਕੀ ਕਹਿਣਾ ਚਾਹੁੰਦੇ? ਵਿਕਟ ਅਤੇ ਨਾ ਸਾਡਾ ਬੋਂਗੋ, ਬੋਂਗੋ ਦੋ ਸ਼ਬਦ ਟੂਰਨਾਮੈਂਟ ਲਈ,
ਬਹੁਤ ਚੰਗਾ ਟੂਰਨਾਮੈਂਟ ਕਰਾਉਂਦੇ ਆ ਭਾਈ, ਪੂਰਾ ਪ੍ਰੋਪਰ ਗਰਾਊਂਡ ਹੈ, ਪੂਰਾ ਘਾਹ ਵਾਲਾ ਗਰਾਊਂਡ ਹੈ, ਜਿੱਦਾਂ ਮਰਜ਼ੀ ਡੇਢ ਕੇ ਛਾਲਾਂ ਮਾਰੋ। ਹਾਂ ਪੂਰੀ ਫੀਲਿੰਗ ਬਾਹਲੀ ਵਧੀਆ ਆ ਰਹੀ ਹੈ। ਬਹੁਤ ਵੱਡਾ ਧੰਨਵਾਦ ਜੀ ਸਾਡੇ ਬੜੇ ਸਤਿਕਾਰ ਜੋ ਕਾਸ ਤੋਂ ਕਰਕੇ ਦੀ ਪੂਰੀ ਦੀ ਪੂਰੀ ਵਧੀਆ ਕਰੀਮ ਬੈਠੀ ਆ ਇੱਕ ਪਾਸੇ, ਉਹ ਵੀ ਨੂਰਪੁਰ ਵੇਟ ਅਤੇ ਨਾਲ ਸਾਡੇ ਮੱਥਾ ਜੋੜੀ ਅਤੇ ਨਾਲ ਸਾਡਾ ਭਰਾ ਪੰਜਾਬ ਦੇ ਇੱਕ ਬਹੁਤ ਵਧੀਆ ਸਾਡੇ ਖੇਡ ਪ੍ਰਮੋਟਰ ਵੀ ਕਹਿ ਸਕਦੇ ਹਾਂ ਅਤੇ ਬਹੁਤ ਵਧੀਆ ਇਨਸਾਨ ਵੀ ਕਹਿ ਸਕਦੇ ਹਾਂ, ਨਾਲ ਸਾਡੇ ਪੀਤਾ ਬਾਈ ਸ਼ੋਕਰ ਵਾਲਾ ਅਤੇ ਨਾਲ ਦੀਪਾ ਬਾਈ ਨੂਰਪੁਰ ਵੇਟ ਵਾਲਾ। ਪੀਤੀ ਵੀਰ ਸਤਿ ਸ਼੍ਰੀ ਅਕਾਲ, ਅਤੇ ਪੰਜਾਬ ਦਾ ਪੂਰਾ ਨਾਮ ਵਾ, ਤੁਹਾਡਾ ਨਾਮ ਆ, ਤੁਹਾਡੇ ਪੰਜਾਬ ਦੇ ਮੰਨਿਆ ਜਾਂਦਾ ਪੀਤਾ ਸ਼ੋਕਰ ਵਾਲਾ ਭਰਾ, ਜ਼ਿੰਦਗੀ ਦਾ ਵੱਡਾ ਵੀਰ ਆ, ਅਤੇ ਦੋ ਸ਼ਬਦ ਗਰਾਊਂਡ ਬਾਰੇ ਕੀ ਕਹਿਣਾ ਚਾਹੋਗੇ? ਸਾਡੇ ਭਰਾ ਸੁੱਖ ਲੰਬੜ ਦਾ ਭਰਾ ਤੇ ਨਾਲ ਹੀ ਸਾਇਮੜ ਕਲੱਬ, ਸਾਇਮੜ ਕਿਵੇਂ ਆ ਸੁੱਖ ਲੰਬੜ ਭਰਾ ਨੇ ਮਾਣ ਕੀਤਾ ਜੀ ਖੇਡ ਉੱਪਰ, ਕਰਾਏਗਾ ਬੱਲੇ ਬੱਲੇ ਕੱਚੀ ਵਿਕਟ ਆ, ਹੈ ਕੱਚੀ ਦਾ ਸਵਾਦ ਆ। ਬਹੁਤ ਵੱਡਾ ਧੰਨਵਾਦ ਕਰਦੇ ਸਾਡੇ, ਮਿਲਾਵਾਂਗੇ ਤੁਹਾਨੂੰ ਭਰਾ ਸਾਡੇ ਨਾਲ। ਕਾਸਕੋ ਕ੍ਰਿਕਟ ਦਾ 4x4 ਸਾਡਾ ਪ੍ਰਧਾਨ, ਕੀ ਹਾਲ ਚਾਲ ਵੀਰੇ? ਬਹੁਤ ਬਹੁਤ ਮਾਰਕਟ ਟੂਰਨਾਮੈਂਟ ਬਾਰੇ ਦੋ ਸ਼ਬਦ ਪੂਰੇ ਐਨ, ਸੁੱਖ ਲੰਬੜ ਦਾ ਭਰਾ ਦਾ ਕਲੱਬ ਬੱਲੇ ਬੱਲੇ ਕਰਾਊਗਾ ਫਿਰ ਅੱਜ, ਚਲੋ ਬਹੁਤ ਵੱਡਾ ਬੈਸਟ ਆਫ ਲੱਕ ਆ, ਬੱਲੇ ਬੱਲੇ ਕਰਾਊਗਾ। ਮੈਚ ਦੇਖਣਾ ਹੈ, ਕਿਹਨੂੰ ਦੇਖਣਾ ਹੈ ਮੈਚ ਦੇ ਵਿੱਚ? ਅੱਛਾ ਕਿਹੜੀ ਟੀਮ? ਲਲੜੀ ਕਲੱਬ ਊਨਾ, ਹੈ ਨਾ? ਕਿਹੜੇ ਕਿਹੜੇ ਪਲੇਅਰ ਟੌਪ ਦੇ ਵਿੱਚ ਦੱਸੋ ਤਾਂ ਮਾੜਾ ਜਿਹਾ ਨਾਮ ਲੈ ਕੇ। ਬਾਕੀ ਦੇ ਬਾਕੀ ਦੇ ਠੀਕ ਹੈ ਜੀ, ਹਾਂ ਹਾਂ, ਅਤੇ ਟੂਰਨਾਮੈਂਟ ਦਾ ਸਵਾਦ ਆ ਰਿਹਾ। ਇੱਕ ਹੋਰ ਦੱਸਿਓ, ਇੱਕ ਹੋਰ ਦੱਸਿਓ, ਚਲੋ ਇਹਦੇ ਤੁਹਾਡੇ ਆਪਣੀ ਕਲੱਬ ਦੀ ਟੀਮ ਆ, ਆਪਣੀ ਦੀ ਟੀਮ ਆ, ਪੰਜਾਬ ਹਰਿਆਣਾ ਦੀ ਪੂਰੀ ਦੀ ਪੂਰੀ ਕਰੀਮ ਪਹੁੰਚੀ ਹੋਈ ਆ, ਦੇਖੀ ਨਹੀਂ ਹਲੇ, ਬਹੁਤ ਵੱਡੇ ਨਾਮ ਆ ਪੰਜਾਬ ਦੇ, ਅਤੇ ਅੱਜ ਪਹਿਲੀ ਵਾਰ ਦੇਖੇ ਹੈ ਨਾ, ਪਹਿਲੀ ਵਾਰ ਦੇਖੇ ਸਾਰੇ ਵੱਡੇ ਵੱਡੇ ਪਲੇਅਰ। ਅੱਛਾ ਅੱਛਾ ਠੀਕ ਹੈ, ਅਤੇ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੋਗੇ? ਰੋਟੀ ਪਾਣੀ ਦਾ ਪ੍ਰਬੰਧ ਵਧੀਆ ਲੱਗਿਆ? ਅੱਛਾ ਅੱਛਾ, ਸੂਰਜ ਭਾਜੀ, ਸਾਡੇ ਸੂਰਜ ਭਾਜੀ ਭਰਾ ਸਾਡੇ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਸਾਡੇ ਪ੍ਰਧਾਨ ਸਾਹਿਬ? ਸ਼ੁਭ ਨਾਮ ਕੀ ਸੀ ਆਪਣਾ ਵੀਰੇ? ਗੁਰਦੀਪ ਸਿੰਘ ਜੀ, ਵੱਡੇ ਭਰਾ ਸਾਡੇ, ਸਰਕਾਰ ਦੇ ਵੀਰ ਨੇ ਸਾਡੇ, ਇਹਦੇ ਪਿਆਰੇ ਵੀਰ ਸਾਡੀ ਜ਼ਿੰਦਗੀ ਦੇ ਮਾਣ। ਕੀ ਹਾਲ ਹੈ ਭਾਈਆ? ਬੜੀਆ ਜੀ ਬੜੀਆ, ਤੁਸੀਂ ਸੁਣਾਓ? ਕੀ ਨਾਮ ਆਪਣਾ? ਆਸ਼ੀਸ਼। ਆਸ਼ੀਸ਼, ਕਿੰਨਾ ਟਾਰਗੇਟ ਬਣਿਆ ਸਰ? ਭਾਜੀ ਟਾਰਗੇਟ ਹੈਗਾ 80 ਕਰੀਬ, 82 ਦੇ ਕਰੀਬ। ਓਕੇ ਓਕੇ ਓਕੇ, ਬਾਕੀ ਮੁੰਡੇ ਗਏ ਆਪਣੇ, ਕਰੂਗੇ ਚੇਜ਼ ਕਰਕੇ ਆਓਗੇ ਭਾਜੀ, ਬੈਠੇ ਹੈ। ਠੀਕ ਹੈ ਜੀ, ਪੂਰਾ ਪੂਰਾ ਲੇਲੜੀ, ਲੇਲੜੀ ਕਲੱਬ ਊਨਾ ਨਾ? ਹਾਂਜੀ ਹਾਂਜੀ, ਊਨਾ, ਹਾਂ ਊਨਾ ਕਲੱਬ ਨਾ, ਸਾਰੇ ਪਲੇਅਰ ਸਾਰੇ ਊਨਾ ਦੇ ਹੀ ਆ? ਨਹੀਂ ਸਾਰੇ, ਹਾਂ ਦੋ ਤਿੰਨਾਂ ਨੂੰ ਭਾਜੀ ਨੂੰ ਛੱਡ ਕੇ ਪਵਨ ਭਾਜੀ ਤੇ, ਹਾਂ ਪਵਨ ਛੋਟਾ, ਠੀਕ ਹੈ, ਇੱਕ ਭਾਜੀ ਮੰਨ ਹੈ, ਪਵਨ ਛੋਟਾ ਤਾਂ ਵੱਡਾ ਨਾਮ ਚੱਲਦਾ ਪੰਜਾਬ 'ਚ, ਬੜਾ ਨਾਮ ਹੈ ਜੀ। ਹਾਂ, ਅਤੇ ਪਵਨ ਨੂੰ ਕਦ ਨਹੀਂ ਬੱਲੇ 'ਚ ਭੇਜਿਆ?
ਟੂਰਨਾਮੈਂਟ ਬਾਰੇ ਦੋ ਸ਼ਬਦ ਕੀ ਕਹੋਗੇ? ਟੂਰਨਾਮੈਂਟ ਦਾ ਜੀ ਭਾਈ ਸਾਡੇ ਵਿੱਕੀ ਭਾਜੀ ਹੁਣੀ ਕਰਵਾ ਰਹੇ ਆ, ਕੋਈ ਤੋੜ ਨਹੀਂ ਹੈ ਜੀ ਟੂਰਨਾਮੈਂਟ ਦਾ, ਹਰ ਸਾਲ ਟੂਰਨਾਮੈਂਟ ਹੁੰਦਾ ਹੈ। ਚਲੋ ਫਰਵਰੀ ਮਹੀਨੇ ਹੁੰਦਾ ਸੀਗਾ, ਇਸ ਵਾਰ ਮਾਰਚ ਮਹੀਨੇ ਕੀਤਾ, ਕੁਛ ਦਿੱਕਤ ਹੋ ਗਈ ਸੀ ਪਿਛਲੇ ਮਹੀਨੇ ਸੀ ਨਾ, ਤਾਂ ਬਾਕੀ ਖਾਣੇ ਪੀਣ ਦਾ ਪ੍ਰਬੰਧ ਜੀ ਦੇਖਿਆ ਹੀ ਹੈ ਤੁਸੀਂ, ਬਿਲਕੁਲ ਵਧੀਆ ਚੱਲ ਰਿਹਾ ਜੀ, ਯੂਟਿਊਬ 'ਤੇ ਲਾਈਵ ਚੱਲ ਰਿਹਾ ਜੀ, ਡੇਲੀ ਸਾਲ 'ਤੇ ਮਤਲਬ ਹੁੰਦਾ ਜੀ ਟੂਰਨਾਮੈਂਟ, ਬਹੁਤ ਸਾਰਾ ਟੂਰਨਾਮੈਂਟ ਕਰਵਾ। ਪਵਨ ਛੋਟ ਆ, ਪਵਨ ਉਨੇ ਵਾਲਿਆਂ ਨੇ ਮਾਣ ਕੀਤਾ ਹਿਮਾਚਲ ਵਾਲਿਆਂ ਨੇ, ਬੈਟਿੰਗ ਆ ਕੀ, ਚਲੋ ਹੁਣ ਬੱਲੇ ਬੱਲੇ ਕਰਾਈ ਫਿਰ, ਠੀਕ ਆ, ਚਲੋ ਬਹੁਤ ਬੜਾ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ, ਕੀ ਹਾਲ ਚਾਲ ਆ? ਹਾਏ ਹਾਏ, ਮੁੱਛਾਂ ਦਾ ਐਂ ਸਾਊਥ ਵੱਲ ਰੱਖੀ ਰੱਖੀ ਫਿਰਦਾ ਵਾ, ਹੈਂ ਇਹ ਮੁੱਛਾਂ ਸਟਾਈਲ ਸਾਊਥ ਵਾਲੀ ਫਿਲਮਾਂ ਜ਼ਿਆਦਾ ਦੇਖਦੇ ਹੋ? ਨਹੀਂ ਭਾਜੀ, ਮੈਂ ਐਕਚੁਅਲੀ ਪੁਲਿਸ 'ਚ ਹਾਂ। ਅੱਛਾ, ਫਿਰ ਤਾਂ ਭਾਈ ਮੈਂ ਤਾਂ ਡਰ ਲੱਗਦਾ, ਇਹਦੀ ਗੱਲ ਕਰਨੀ ਆ ਕਿ ਤੇਰੀ ਪੱਗ ਦੀ ਝਾਲਰ ਬਣ ਜਾਵਾਂ, ਚਿੱਤ ਕਰਦਾ ਪੁਲਿਸੀ ਆ ਯਾਰਾ, ਹੈ ਪੰਜਾਬ ਪੁਲਿਸ ਉਹਨੇ ਦੀ ਉਹਨੇ ਪੰਜਾਬ ਪੁਲਿਸ ਤੋਂ ਹਿਮਾਚਲ ਪ੍ਰਦੇਸ਼ 'ਚ ਅਤੇ ਖੇਡਣ ਵਾਸਤੇ ਆਏ ਹੋ? ਖੇਡਣੀ ਆਪਣੀ ਟੀਮ ਖੇਡ ਰਹੀ। ਅੱਛਾ, ਤੁਹਾਡੀ ਟੀਮ ਖੇਡਦੀ ਪਈ ਹੈ ਅਤੇ ਕਰਾਉਣਗੇ ਬੱਲੇ ਬੱਲੇ? ਹਾਂ, ਕਦੇ ਸਾਡਾ ਚਲਾਣ ਨਾ ਕਰਦੇ ਜੀ ਹਿਮਾਚਲ ਘੁੰਮਣ ਆਈਏ, ਮੈਂ ਕਿਹਾ ਸਾਡਾ ਚਲਾਣ ਨਾ ਕਰਦੇ ਜੀ ਹਿਮਾਚਲ ਘੁੰਮਣ ਆਈਏ, ਸਾਡਾ ਸਾਨੂੰ ਮਜ਼ਾਕ ਕਰਦੇ ਆ ਇਧਰ ਬਣਾ ਦੇ। ਇਹ ਮੁੰਡਾ, ਇਹ ਸੰਘ ਦਾ ਮੁੰਡਾ ਕਹਿੰਦਾ ਸ਼ਰਮਾਉਂ ਦਾ, ਇਹਨਾਂ 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 ਦਾ ਕੁੜੀਆਂ ਨਹੀਂ ਸ਼ਰਮਾਉਂ ਜਿੰਨਾ ਤੂੰ ਸ਼ਰਮਾਉਣਾ ਵਾ, ਹੈ ਅੱਜ ਕੱਲ੍ਹ ਤਾਂ ਕੁੜੀਆਂ ਐਡਵਾਂਸ ਹੋਈਆਂ ਪਈਆਂ ਵਾ, ਤੂੰ ਮੁੰਡਾ ਨੌਜਵਾਨ 6 ਫੁੱਟ ਤੇਰਾ ਕੱਦਾ ਤੇਰਾ, ਉਹ ਵੀ ਸਿੱਖ ਸਰਦਾਰ ਉੱਪਰ ਦੀ ਅਤੇ ਸੰਗੀ ਜਾ ਰਿਹਾ, ਹੁਣ ਆਪਣਾ ਬੋਲ, ਹੈ ਹੁਣ ਆਪਣਾ ਬੋਲ, ਕੀ ਕਹੂ, ਕੀ ਬੋਲਣਾ ਚਾਹੇਗਾ ਕੈਮਰੇ ਸਾਹਮਣੇ, ਕੀ ਬੋਲਣਾ ਚਾਹੇਗਾ? ਚੱਲ ਟੀਮ ਬਾਰੇ ਦੱਸ, ਟੀਮ ਬਾਰੇ, ਟੀਮ ਵਧੀਆ ਹੀ ਆਪਣੀ ਕਿਲੇ ਤਰ੍ਹਾਂ ਦੀ, ਹਾਂ ਹਾਂਜੀ, ਪੰਚਾਇਤੀ ਟੂਰਨਾਮੈਂਟ ਜਿੱਤ ਰਹੀ ਹੈ। ਟੂਰਨਾਮੈਂਟ ਬਾਰੇ, ਟੂਰਨਾਮੈਂਟ ਵਧੀਆ ਹੋ ਰਿਹਾ ਜੀ, ਕੋਈ ਕਮੀ ਤਾਂ ਲੱਗੀ ਨਾ? ਕੋਈ ਕਮੀ ਨਹੀਂ। ਰੋਟੀ ਖਾ ਲਈ? ਰੋਟੀ ਖਾ ਲਈ? ਕਿੰਨੀਆਂ ਕਿੰਨੀਆਂ ਖਾਧੀਆਂ? ਮੈਂ 4 ਵੰਡੇ ਖਾ। ਇਹ ਤਾਂ ਮੈਂ ਲੰਗਰ ਦਾ ਵੈਰੀ ਹੈ ਫਿਰ ਇਹ। ਚਲੋ ਓਕੇ ਬਾਏ ਯਾਰ, ਧੰਨਵਾਦ। ਮੇਰੇ ਭਰਾ ਪੂਰਾ ਸਵਾਲ ਲੈ ਰਹੇ ਨੇ ਯਾਰ, ਸਾਰੇ ਪਾਸੇ ਬੈਠੇ, ਮੇਲਾ ਭਰ ਜੋ ਬੰਦਿਆ ਪੂਰਾ, ਸਵਾਲ ਲੈ ਰਹੇ ਭਰਾ, ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਭਰਾ ਬੈਠੇ, ਨਾਣਾ ਚੜ ਗਿਆ ਧੁਨੇਰੀਆਂ, ਹੇ ਰੱਬਾ, ਇਹਦਾ ਕਸੂਰ ਨਹੀਂ, ਇਹ ਜਿਹੜੀ ਵਾਧੀ ਫੈਟ ਦਾ ਕਸੂਰ ਆ। ਹਾਂ ਹਰਮਨ, ਤੁਸੀਂ ਛੋਲੇ ਭਟੂਰੇ ਨਿਕਲੇ, ਛੋਲੇ ਭਟੂਰੇ ਆਪਾਂ ਤੁਹਾਨੂੰ ਮਿਲਾਵਾਂਗੇ ਪੂਰੀ ਦੀ ਪੂਰੀ ਪ੍ਰਬੰਧ ਕੀ ਕਮੇਟੀ ਨੂੰ, ਸਾਡੇ ਸਵਾਲ ਲੈ ਰਹੇ ਨੇ ਭਰਾ, ਸਾਡੀ ਜ਼ਿੰਦਗੀ ਦਾ ਮਾਣ ਨੇ, ਪੂਰਾ ਵਧੀਆ ਸਵਾਲ ਆ ਰਿਹਾ ਮੈਚ ਦਾ, ਪੂਰੀ ਦੀ ਪੂਰੀ ਪੰਜਾਬ ਦੀ ਕਰੀਮ ਹੈ ਅਤੇ ਬੜੇ ਸਿਕਾ, ਅਤੇ ਆਹ ਹੁਣ ਚੋ ਫਾਈਨਲ ਮੈਚ ਲੱਗਾ, ਫਾਈਨਲ ਮੈਚ ਆਉਣਾ ਹੈ, ਫਾਈਨਲ ਜਿਹੜਾ, ਹਾਂ ਫਾਈਨਲ ਹੀ ਆ, ਨਿਸ਼ਚਿਤ ਯਾਰ, ਬਹੁਤ ਸੋਹਣਾ ਵਿਊ ਆ, ਬਹੁਤ ਵਧੀਆ ਪ੍ਰਬੰਧ ਆ, ਹਾਂ ਇਹ ਤਾਂ ਗੱਲ ਹੈ, ਇੰਟਰਨੈਸ਼ਨਲ ਲੈਵਲ ਦੀ ਪੂਰੀ ਫੀਲਿੰਗ ਆ, ਠੀਕ ਹੈ ਠੀਕ ਹੈ ਠੀਕ ਹੈ, ਦੇਖ ਸਕਦੇ ਹੋ ਜੀ ਤਿਆਰੀ ਕਰ ਰਿਹਾ ਮੈਚ ਦੀ, ਸੈਮੀ ਫਾਈਨਲ ਮੈਚ ਆਉਣਾ ਜੀ ਪੂਰਾ, ਆਇਆ ਇੱਕ ਪਾਸੇ ਹਰਿਆਣਾ ਦੀ ਟੀਮ, ਇੱਕ ਪਾਸੇ ਪੰਜਾਬ ਦੀ ਟੀਮ, ਦੇਖ ਸਕਦੇ ਭਰਾ ਸਾਡੇ ਸਵਾਲ ਲੈਣ ਨੇ ਮੈਚਾਂ ਦਾ ਜੀ, ਜਿੱਥੇ ਵੀ ਜਗ੍ਹਾ ਮਿਲਦੀ ਆ ਅਤੇ ਤੁਹਾਨੂੰ ਹੁਣ ਉੱਪਰ ਹੀ ਦੱਸ ਦਿਖਾਉਣੇ, ਦੇਖੋ ਭਰਾ ਉਹ ਮੇਰੇ ਭਰਾ ਜ਼ਰੂਰ ਸਵਾਲ ਜਾਂ ਤਾੜੀਆਂ ਮਾਰ ਮਾਰ ਕੇ ਹੌਸਲਾ ਹੀ ਕਰਦੇ ਆ, ਕਿਉਂਕਿ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਆ ਦੇਖ ਸਕਦੇ ਭਰਾ ਪੂਰੇ ਦੇ ਪੂਰੇ ਐਨ ਸਵਾਲ ਲੈਂਦੇ ਹਿਮਾਚਲ ਵਾਲੇ, ਜਿਉਂਦੇ ਬਾਅਦ ਰਹਿਣ ਭਰਾ ਸਾਡੇ ਉੱਪਰ, ਦੇਖੋ ਲਾਈਵ ਵਾਲਾ ਭਰਾ ਬੈਠਾ ਇੱਧਰ, ਆਹ ਭਰਾ ਪੂਰੇ ਸਵਾਲ ਲੈ ਰਹੇ ਨੇ, ਬਹੁਤ ਪਿਆਰਾ ਗਰਾਊਂਡ ਆ ਯਾਰ ਬੈਠਣ ਦਾ, ਬੁਰਾ ਵਧੀਆ ਪ੍ਰਬੰਧ ਆ, ਅਤੇ ਇੱਧਰ ਵੀ ਦੇਖ ਸਕਦੇ ਭਰਾ ਸਾਡੇ, ਉਹ ਸਵਾਦ ਆਉਣਾ ਪੂਰਾ ਸਵਾਦ,
ਉੱਚੀ ਬੋਲ ਗਏ, ਉੱਚੀ ਬੋਲ ਕੇ ਸਵਾਦ ਪੂਰਾ ਆ ਰਿਹਾ, ਸੁਣਦਾ ਨੀਗਾ, ਸੁਣਿਆ ਨੀ, ਉੱਚੀ ਬੋਲੋ ਦੇਸਾਂ ਦੇ ਭਰਾ ਪੂਰੇ ਐਨ ਪੂਰੇ ਐਨ ਸਵਾਦ ਦੇ ਵਧੀ ਹੋਏ ਆ। ਇੱਥੋਂ ਪੂਰਾ ਵਧੀਆ ਵਿਊ ਦੇਖਦਾ, ਵਿਊ ਬੈਕ ਦੇਖਦਾ, ਪੂਰਾ ਵਧੀਆ ਵਿਊ ਪੂਰਾ ਐਨ ਸਵਾਦ ਲੈਣੇ ਜੀ। ਬਹੁਤ ਸੋਹਣਾ ਗਰਾਊਂਡ ਹੈ, ਤੁਸੀਂ ਦੇਖ ਸਕਦੇ, ਤੁਸੀਂ ਦੇਖ ਸਕਦੇ ਜੀ ਹਿਮਾਚਲ ਦੀਆਂ ਵਾਦੀਆਂ, ਬੜਾ ਪਿਆਰਾ ਵਿਊ ਆ ਹਿਮਾਚਲ ਦਾ, ਪਹਾੜ ਦੇਖਦੇ ਪਏ ਆ ਸ਼ਾਮ ਦਾ ਟਾਈਮ ਹੋਣ ਵਾਲਾ, ਅਤੇ ਪੂਰਾ ਐਂ ਦੇਖੋ ਸਵਾਲ ਲੈਂਦੇ ਭਰਾ ਸਾਡੇ, ਦੇਖ ਸਕਦੇ ਵਿਊ ਕਿੰਨਾ ਵਧੀਆ ਜੀ ਗਰਾਊਂਡ ਦਾ, ਬਹੁਤ ਤਕੜਾ। ਪੰਜਾਬ ਅਤੇ ਹਰਿਆਣਾ ਦੀ ਪੂਰੀ ਵੱਡੀ ਟੱਕਰ ਚੱਲਦੀ ਪਈ ਹੈ, ਇੱਕ ਪਾਸੇ ਹਰਿਆਣਾ ਦੀ ਪੂਰੀ ਦੀ ਪੂਰੀ ਕਾਸਟ ਕ੍ਰਿਕਟ ਦੀ ਕਰੀਮ, ਇੱਕ ਪਾਸੇ ਪੰਜਾਬ ਦੀ ਕਰੀਮ, ਦੇਖ ਸਕਦੇ ਜੀ ਮੁੱਖ ਮਹਿਮਾਨ ਸਾਡੇ ਭਰਾ ਬੈਠੇ ਆ, ਮੈਚਾਂ ਦਾ ਸਵਾਲ ਲੈ ਰਹੇ ਮਰੀਜ਼ ਸਾਡੇ, ਬਹੁਤ ਬੜਾ ਪੱਧਰ ਪ੍ਰਬੰਧ ਕੀਤਾ ਗਿਆ ਭਰਾਵਾਂ ਨੇ, ਪੂਰਾ ਸਵਾਦ ਆ ਰਿਹਾ ਮੈਚਾਂ ਦਾ ਪੂਰਾ, ਪੂਰਾ ਐਨ ਨਜ਼ਾਰੇ ਬੰਦੇ ਪਿਆ ਪੂਰੇ ਐਨ ਪੂਰੇ ਨਜ਼ਾਰੇ ਬੰਦੇ ਪਿਆ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਪੂਰਾ ਐਨ ਵਧੀਆ ਪੰਜਾਬ ਦੀ ਪੂਰੀ ਹਰਿਆਣੇ ਦੀ ਪੂਰੀ ਪੂਰੀ ਕ੍ਰਿਕਟ ਲਾ ਗਈ, ਤੁਸੀਂ ਬਹੁਤ ਵਧਾਈ ਦੇ ਪਾਤਰ ਹੋ, ਦੋ ਸ਼ਬਦ ਖਿਡਾਰੀਆਂ ਬਾਰੇ ਕੀ ਕਹਿਣਾ ਚਾਹੋਗੇ? ਲਓ ਜਿਹੜੇ ਹਿਮਾਚਲ ਪ੍ਰਦੇਸ਼ ਦੇ ਨੈਦਰ ਦੇ ਟੌਪ ਪਲੇਅਰ ਆ ਜੀ, ਉਹਨਾਂ ਭਰਾਵਾਂ ਨੂੰ ਜਿਹੜੀ ਜੋ ਆਪਣੇ ਇੱਥੇ ਜਰਸੀ ਦਿੱਤੀਆਂ ਜਾ ਰਹੀਆਂ, ਲਓ ਜੀ ਭਰਾਵਾਂ ਜਿਹੜੇ ਸਾਡੇ ਟੌਪ ਦੇ ਪਲੇਅਰ ਆ ਹਿਮਾਚਲ ਪ੍ਰਦੇਸ਼ ਦੇ, ਉਹਨਾਂ ਭਰਾਵਾਂ ਨੂੰ ਜਿਹੜੇ ਜਰਸੀ ਨੇ ਆਪਣੇ ਸਪੋਂਸਰ ਕੀਤਾ ਜਾ ਰਿਹਾ, ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਲਓ ਜੀ ਯੂਨੀਫੋਰਮ ਜਿਹੜੇ ਸਪੋਂਸਰ ਕੀਤੇ ਜਾ ਰਹੀਆਂ ਭਰਾਵਾਂ ਨੂੰ, ਲੈਦਰ ਦੇ ਵੱਡੇ ਜਿਹੜੇ ਕ੍ਰਿਕਟ ਦੇ ਸਟਾਰ ਪਲੇਅਰ ਹਿਮਾਚਲ ਪ੍ਰਦੇਸ਼ ਦੇ ਭਰਾਵਾਂ ਨੂੰ ਜਿਹੜੇ ਯੂਨੀਫੋਰਮ ਸਪੋਂਸਰ ਕੀਤੀ ਜਾ ਰਹੀ, ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਲਓ ਜੀ ਫਾਈਨਲ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ, ਸੱਤ ਓਵਰ ਦਾ ਮੈਚ ਆ, ਹਰਮਨ ਧੂਰੀ ਅਤੇ ਸੁੱਖੀ ਕਮਾਮ ਜਿਹੜਾ ਬੱਲੇਬਾਜ਼ੀ ਤੇ ਆ ਜੀ, ਲਓ ਜੀ ਵਿਸ਼ੇਸ਼ ਜਿਹੜੇ ਸਨਮਾਨ ਕੀਤੇ ਜਾ ਰਹੇ ਭਰਾਵਾਂ ਦੇ, ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਦਸ ਬੈਟਸਮੈਨ ਬਣਿਆ ਜੀ, ਹਰਮਨ ਧੂਰੀ 93 ਰਨ ਬਣਾਇਆ ਭਰਾ ਨੇ, ਬਹੁਤ ਵਧੀਆ ਬੱਲੇਬਾਜ਼ੀ ਕੀਤੀ ਹੈ, ਅੱਜ ਦੇ ਟੂਰਨਾਮੈਂਟ ਦਾ ਦਸ ਬੈਟਸਮੈਨ ਬਣਿਆ। ਲਓ ਜੀ ਅੱਜ ਦੇ ਜਿਹੜਾ ਟੂਰਨਾਮੈਂਟ ਦਾ ਮੈਨ ਆਫ ਦੀ ਸੀਰੀਜ਼ ਚੰਨ ਭਾਜੀ ਅਤੇ ਲਵਲੀ ਭਾਜੀ, ਉਹਨਾਂ ਦਾ ਡਰਾਫਟ ਦੇ ਵਿੱਚੋਂ ਕਲੱਬ ਦੇ ਵਿੱਚੋਂ ਜਿਹੜਾ ਨਾ ਕਪੂਰਲਾ ਰਿਹਾ ਵਾ ਜੀ, ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਚੰਨ ਭਾਜੀ ਅਤੇ ਲਵਲੀ ਭਾਜੀ ਦੇ ਕਲੱਬ ਦਾ ਨਾ ਕਪੂਰਲਾ ਜਿਹੜਾ ਮੈਨ ਆਫ ਦੀ ਸੀਰੀਜ਼ ਰਿਹਾ, ਬਹੁਤ ਵੱਡਾ ਧੰਨਵਾਦ ਜੀ। ਲਓ ਜੀ ਅੱਜ ਦੇ ਟੂਰਨਾਮੈਂਟ ਦਾ ਜਿਹੜਾ ਬੈਸਟ ਬਾਲਰ ਹੈਪੀ ਸਾਨੀਆ ਰਿਹਾ, ਬਹੁਤ ਸਾਰੀਆਂ ਬਾਲਾਂ ਪਾਈਆਂ ਭਰਾ ਨੇ, ਹੈਪੀ ਸਾਨੀਆ ਭਰਾ ਸਾਡਾ ਰਿਹਾ। ਚੰਨ ਭਰਾ ਦੀ ਆ, ਚੰਨ ਕਲੱਬ ਹੁਸ਼ਿਆਰਪੁਰ, ਬਹੁਤ ਖੁਸ਼ੀ ਹੋਈ ਹੈ ਤੁਹਾਡੇ ਕਲੱਬਾਂ ਮੇਰੇ ਵੀਰੋ ਤਗੜਾ ਖੇਡੀਆਂ।
ਖੇਡੀਆਂ ਪਹਿਲਾਂ ਖੇਡੀਆਂ ਛੇ ਕਲੱਬਾਂ ਉਹ ਵੀ ਤਕੜੀ।